ਹਾਂਜੀ ਦੋਸਤੋ ਅਜਲ ਅਪਡੇਟਸ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡੇ ਸਾਰਨਾ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਦੋ ਤਿੰਨ ਨਵੀਆਂ ਅਪਡੇਟਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਕਰ ਲੈਣਾ ਵੀਡੀਓ ਨੂੰ ਸਟਾਰਟ ਆਪਣੀ ਪਹਿਲੀ ਅਪਡੇਟ ਨਾਲ ਜਿੱਚੇ ਕੀਤਾ ਨੂੰ ਗਰੇਵਾਲ ਅਤੇ ਕਰਨ ਔਜਲਾ ਦਾ ਇੱਕ ਨਿਊ Song ਆਉਣ ਵਾਲਾ ਹੈ ਅਤੇ ਇਹ ਗਾਣਾ EP ਵਿੱਚ ਹੋਣ ਦੇ ਬਹੁਤ ਹੀ ਜ਼ਿਆਦਾ ਚਾਂਸ ਹਨ ਅਤੇ ਇੱਕ ਜਣੇ ਵੱਲੋਂ ਤਨੂ ਗਰੇਵਾਲ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਤੁਹਾਡਾ ਕਰਨ ਔਜਲਾ ਨਾਲ ਗਾਣਾ ਕਦੋਂ ਰਿਲੀਜ਼ ਹੋ ਜਾਵੇਗਾ ਹਾਂਜੀ ਇਸ ਦਾ ਜਵਾਬ ਦਿੰਦੇ ਹੋਏ ਤਨੂ ਗਰੇਵਾਲ ਨੇ ਲਿਖਿਆ ਕਿ ਮੈਂ ਇਹ ਹਰਿ ਕੁਝ ਵੀ ਦੱਸ ਨਹੀਂ ਸਕਦੀ ਪਰ ਗਾਣਾ ਬਹੁਤ ਹੀ ਜਲਦੀ ਆ ਜਾਵੇਗਾ। ਹਾਂਜੀ ਦੋਸਤੋ ਅੱਗੇ ਬਾਤ ਇਹ ਗੱਲਬਾਤ ਕਰ ਲੈਨੇ ਆਪਣੀ ਦੂਜੀ ਅਪਡੇਟ ਬਾਰੇ ਜਿੱਥੇ ਇੱਕ ਇੰਸਟਾਗ੍ਰam ਪੇਜ ਉੱਪਰੋਂ ਕਰਨ ਔਜਲਾ ਦੀ ਪੋਸਟ ਬਹੁਤ ਹੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਰਨ ਔਜਲਾ ਨੇ ਇਸ 8 ਲੱਖ ਰੁਪਏ ਦਿੱਤੇ ਹਨ ਵਾਈਦੀ ਨਾਲ ਕਰੈਬ ਕਰਨ ਦੇ ਅਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕੁਝ ਫੈਨ ਪਿੱਜਾਂ ਵੱਲੋਂ ਕਰਨ ਔਜਲਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਹ ਆ ਜਾ ਰਿਹਾ ਹੈ ਕਿ ਪੈਸੇ ਦੇ ਕੇ ਕਲਾਉ ਕਰਾਉਂਦਾ ਹੈ ਪਰ ਸੁੰਦ ਹਾਜੀ ਕੀ ਪਹਿਲੀ ਗੱਲ ਤਾਂ ਇਹ ਪੱਕਾ ਪਤਾ ਨਹੀਂ ਹੈ ਕਿ 60 ਲੱਖ ਰੁਪਏ ਦਿੱਤੇ ਹੀ ਹਨ ਜਾਂ ਪੈਸੇ ਲੈ ਕੇ ਹੀ ਕਲੈਬ ਕਰਦੇ ਹਨ ਬੜੀ ਵੱਡੋ ਵੱਡ ਫੀਸ ਹੁੰਦੀ ਹੈ ਤੇ ਤੁਹਾਨੂੰ ਦੱਸ ਦਈਏ ਕੀ ਕਰਨ ਉਹ ਜਿਹੜਾ ਵੀ ਫੀਚਰਿੰਗ ਜਾਂ ਰੈਪ ਵਗੈਰਾ ਦੇ 15 ਤੋਂ 20 ਲੱਖ ਰੁਪਏ ਸ਼ਾਇਦ ਲੈਂਦਾ ਹੋਵੇ ਤੇ ਬਾਅਦ ਨੇ ਆਪਣੀ ਨੈਕਸਟ ਅਪਡੇਟ ਵੱਲ ਇਹ ਹੁਣ ਕਰਨ ਉਹ ਜਿਹੜਾ DJ Flow ਦਾ ਆਪਾਂ ਨੂੰ ਇੱਕ ਨਿਊ Song ਦੇਖਣ ਨੂੰ ਮਿਲੇਗਾ ਹਾਂਜੀ ਇਸ ਦੀ ਇਨਫੋਰਮੇਸ਼ਨ DJ Flow ਨੇ ਆਪ ਦਿੱਤੀ ਹੈ ਆਪਣੇ Instagram ਉੱਤੇ ਇੱਕ ਸਟੋਰੀ ਲਾ ਕੇ ਇੱਥੇ ਕਿਸ ਨੇ ਕਨਫਰਮ ਕਰ ਦਿੱਤਾ ਹੈ ਕਿ ਪੋਸਟਰ ਬੁੱਧਵਾਰ ਨੂੰ ਯਾਨੀ ਕਿ 11 ਮਈ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਹਾਂਜੀ ਕਿਨੂ ਕਿਨੂ ਵੇਟ ਹੈ ਇਸ ਗਾਣੇ ਦੀ ਅਤੇ ਵੇਹ ਹੈ DP ਦੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਇਦਾਂ ਦੀਆਂ ਨੂੰ ਲਾਈਕ ਕਰ ਦਿਓ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ